तथा पाठशाला की जो श्री गुरु ग्रंथ साहब जी के पाठ विचार का ध्यान कर खालसा साहब पूर्णा जी वाहिगुरु वाहिगुरु आप जी ने साडे पंज प्यारे चार साहिबजां दे 40 मुक्ते होर गुरु घर के हट्टियां जपियां करनियां जिन्हां तेरा नाम जपिया बन चक्या देख चलाई तेग वाहे ਜਲਪੜੀਆਂ ਤੇ ਚੜੇ ਬੰਦ ਬੰਦ ਕਟਵਾਏ ਗੋਪੜੀਆਂ ਲਾਈਆਂ ਤਨ ਆਰਿਆ ਨਾ ਚੜਾਏ ਗਿਆ ਧਰਮ ਨਹੀਂ ਹਾਰਿਆ ਤੇਰਾ ਸਿੰਘਾਂ ਸਿੰਘੜੀਆਂ ਪੋਤਰੀਆਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਸਾਹਿਬ ਪੂਰਨਾ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਖਾਲਸਾ ਸਾਹਿਬ ਪੂਰਨਾ ਜੀ ਵਾਹਿਗੁਰੂ ਮਾਲ ਮੁਲਕ ਦੀ ਵਾਧਾ ਕਰਨਾ ਰਹਿੰਦੇ ਕਾਰਜ ਰਾਸ਼ਟਰ ਨੇ
ਗੋਪਾ ਕੰਜਾ ਸਾਹਿਬ ਪਿੰਡ ਜੱਜੇਪੁਰ ਤੋਂ ਗੁਰਬਖਸ਼ ਕੌਰ ਵਾਈਫ ਆਫ ਬਲਿਹਾਰ ਸਿੰਘ ਅਮਰੀਕਾ ਨਿਵਾਸੀ ਵੱਲੋਂ ਬਾਬਾ ਜੀ ਦੇ ਸਲਾਨਾ ਜੋੜ ਮੇਲੇ ਨੂੰ ਮੁੱਖ ਰੱਖਦੇ ਹੋਏ ਪਰਿਵਾਰ ਦੀਆਂ ਤੰਦਰੁਸਤੀ ਅਤੇ ਚੜ੍ਹਦੀ ਕਲਾ ਨੂੰ ਮੁੱਖ ਰੱਖਦੇ ਹੋਏ ਪ੍ਰਖੰਡ ਜਾ ਪ੍ਰਮੁੱਖ ਰਾਜਸਥਾਨ ਆਪ ਜੀ ਨੇ ਸਾਰੇ ਪਰਿਵਾਰ ਦੀ ਮਿਹਰ ਭਰਿਆ ਸਿੱਧੀ ਹੱਥ ਰੱਖਣਾ ਤੰਦਰੁਸਤੀਆਂ ਨਾਮਦਾਨ ਘਰ ਦੇ ਵਿੱਚ ਸੁੱਖ ਸ਼ਾਂਤੀ ਬਖਸ਼ੀ ਜੀ ਪੰਜਵਾਂ ਸ੍ਰੀ ਅਖੰਡ ਪਾਠ ਸਾਹਿਬ ਪਿੰਡ ਹਰਿਆਲਾ ਤੋਂ ਪ੍ਰਹਲਾਦ ਸਿੰਘ ਥਿੰਦ ਸਾਨਾ ਸੁਭਾਨ ਸਿੰਘ ਥਿੰਦ ਬਾਬਾ ਜੀ ਦਾ ਸ਼ੁਕਰਾਨਾ ਕਰਦੇ ਹੋਏ ਬਾਬਾ ਜੀ ਇਸ ਪਰਿਵਾਰ ਨੂੰ ਤੰਦਰੁਸਤੀ ਸੁੱਖ ਸ਼ਾਂਤੀ ਬਖਸ਼ੀ ਜੀ ਬਾਬਾ ਜੀ ਅੱਗੇ ਅਰਦਾਸ ਬੇਨਤੀ ਕਰਦੇ ਹਨ ਕਿ ਇਹਨਾਂ ਦੇ ਘਰ ਔਲਾਦ ਦੀ ਬਖਸ਼ਿਸ਼ ਕਰੋ ਜੀ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਸੇਵਕ ਪਰਿਵਾਰ ਦੀਆਂ ਅਰਦਾਸ ਬੇਨਤੀਆਂ ਪ੍ਰਵਾਨ ਕਰਨੀਆਂ ਸੇਵਕ ਪਰਿਵਾਰ ਨੂੰ ਖੁਸ਼ੀਆਂ ਬਖਸ਼ੋ ਜੀ ਘਰ ਦੇ ਵਿੱਚ ਭੁਚੰਗੀ ਦੀ ਬਖਸ਼ਿਸ਼ ਕਰੋ ਜੀ ਸੋ ਆਪ ਜੀ ਨੇ ਸੇਵਕ ਪਰਿਵਾਰ ਦੀਆਂ ਅਰਦਾਸ ਬੇਨਤੀਆਂ ਪ੍ਰਵਾਨ ਕਰਨੀਆਂ ਚੜ੍ਹਦੀ ਕਲਾ ਬਖਸ਼ੀ ਜੀ ਸੇਵਾ ਸ੍ਰੀ ਖੰਡਜਾ ਸਾਹਿਬ ਪਿੰਡ ਹਰਿਆਲੇ ਤੋਂ ਖੇਡਣ ਦੇ ਜੇਡਨ ਸਾਨੂੰ ਹਰਦੀਪ ਸਿੰਘ ਥਿੰਦ ਇੰਗਲੈਂਡ ਨਿਵਾਸੀ ਦੋਹਾਂ ਬੱਚਿਆਂ ਦੇ ਜਨਮ ਦੀ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਏ ਅਖੰਡ ਜਾਪ ਆਰੰਭ ਕਰਾਏ ਸਨ ਸੋ ਆਪ ਜੀ ਨੇ ਬੱਚਿਆਂ ਨੂੰ ਮਿਹਰ ਭਰਿਆ ਸਿੱਧੇ ਹੱਥ ਰੱਖਣਾ ਬੱਤੀ ਵੱਡੀ ਆਜੂ ਬਖਣੀ ਮਾਤਾ ਪਿਤਾ ਦਾ ਪਿਆਰ ਵਿੱਦਿਆ ਪੜ੍ਹਾਈ ਦਾ ਸਤਿਕਾਰ ਘਰ ਦੇ ਵਿੱਚ ਸਤ ਸੰਤੋਖ ਨਾਮਦਾਨ ਬਖਸ਼ਣ ਜੀ ਸਤਮਾ ਸ੍ਰੀ ਅਖੰਡ ਪਾਠ ਸਾਹਿਬ ਦੁਸਹਿਰੇ ਦੇ ਜੋੜ ਮੇਲੇ 'ਤੇ ਹਰ ਸਾਲ ਦੀ ਤਰ੍ਹਾਂ ਗੁਪ ਸੇਵਾ ਆਰੰਭ ਕਰਾ ਰਹੇ ਹਨ ਸੋ ਬਾਬਾ ਜੀ ਆਪ ਜੀ ਨੇ ਆਪਣੇ ਪਰਿਵਾਰ 'ਤੇ ਮਿਹਰ ਭਰਿਆ ਸਿੱਧੇ ਹੱਥ ਰੱਖਣਾ ਘਰ ਦੇ ਵਿੱਚ ਸਤ ਸੰਤੋਖ ਨਾਮਦਾਨ ਚੜ੍ਹਦੀ ਕਲਾ ਬਖਸ਼ਣੀ ਇਸੇ ਤਰ੍ਹਾਂ ਸੇਵਾ ਕਰਨ ਦੇ ਬਲ ਬੁੱਧੀ 'ਤੇ ਨਾਮਦਾਨ ਬਖਸ਼ਣਾ ਜੀ ਅੱਠਵਾਂ ਸ੍ਰੀ ਅਖੰਡ ਪਾਠ ਸਾਹਿਬ ਗੁਪਤ ਅਖੰਡ ਪਾਠ ਸਾਹਿਬ ਬਾਬਾ ਜੀ ਆਪ ਜੀ ਦੇ ਸ਼ੁਕਰਾਨਾ ਕਰਦੇ ਹੋਏ ਆਪ ਜੀ ਨੇ ਸੇਵਕ ਪਰਿਵਾਰ ਦੀ ਮਨੋਕਾਮਨਾ ਪੂਰੀ ਕੀਤੀ ਹੈ ਸੋ ਆਪ ਜੀ ਦਾ ਸ਼ੁਕਰਾਨਾ ਕਰਦੇ ਹੋਏ ਅਖੰਡ ਜਾਪ ਆਰੰਭ ਕਰਾਏ ਸਨ ਸੇਵਕ ਪਰਿਵਾਰ ਦੇ ਰਹਿੰਦੇ ਕਾਰਜ ਰਾਸ਼ਕਰ ਨੇ ਘਰ ਦੇ ਵਿੱਚ ਤੰਦਰੁਸਤੀਆਂ ਚੜ੍ਹਦੀ ਕਲਾ ਨਾਮਦਾਨ ਬਖਸ਼ਣਾ ਜੀ ਨੌਵਾਂ ਸ੍ਰੀ ਅਖੰਡ ਪਾਠ ਸਾਹਿਬ ਬੀਬੀ ਜਸਬੀਰ ਕੌਰ ਔਜਲਾ ਵਾਈਫ ਆਫ ਮੱਖਣ ਸਿੰਘ ਔਜਲਾ ਬਾਬਾ ਜੀ ਅੱਗੇ ਅਰਦਾਸ ਬੇਨਤੀ ਕਰਦੇ ਹਨ ਬੀਬੀ ਜਸਬੀਰ ਕੌਰ ਨੂੰ ਤੰਦਰੁਸਤੀ ਬਖਸ਼ਣੀ ਜੀ ਔਜਲੇ ਪਰਿਵਾਰ 'ਤੇ ਮਿਹਰ ਭਰਿਆ ਸਿੱਧੇ ਹੱਥ ਰੱਖਣਾ ਦੇਸਾਂ ਪ੍ਰਦੇਸਾਂ ਵਿੱਚ ਅੰਗ ਸੰਗ ਹੋ ਕੇ ਆਏ ਹੋਣਾ ਬੀਬੀ ਜਸਬੀਰ ਕੌਰ ਨੂੰ ਦੇਹ ਰੋਗਤਾ ਨਾਮਦਾਨ ਚੜ੍ਹਦੀ ਕਲਾ ਬਖਸ਼ਣੀ ਅਤੇ ਸੇਵਾ ਕਰਨ ਦੇ ਬਲ ਬਖਸ਼ਣਾ ਜੀ ਦਸਵਾਂ ਸ੍ਰੀ ਅਖੰਡ ਪਾਠ ਸਾਹਿਬ ਪਿੰਡ ਹਰਿਆਲਾ ਤੋਂ ਮਾਤਾ ਕੁੰਤੀ ਦੇਵੀ ਦੇ ਸਾਰੇ ਪਰਿਵਾਰ ਵੱਲੋਂ ਆਪ ਜੀ ਅੱਗੇ ਅਰਦਾਸ ਬੇਨਤੀ ਕਰਦੇ ਹਨ ਕਿ ਮਾਤਾ ਕੁੰਤੀ ਦੇਵੀ ਜੀ ਨੂੰ ਤੰਦਰੁਸਤੀ ਬਖਸ਼ਣਾ ਅਤੇ ਸੇਵਕ ਪਰਿਵਾਰ 'ਤੇ ਮਿਹਰ ਭਰਿਆ ਸਿੱਧੇ ਹੱਥ ਰੱਖਣਾ ਜੀ ਸਾਰੇ ਪਰਿਵਾਰ 'ਤੇ ਦੇਸਾਂ ਪ੍ਰਦੇਸਾਂ ਵਿੱਚ ਅੰਗ ਸੰਗ ਹੋ ਕੇ ਆਏ ਹੋਣਾ ਜੀ ਗਿਆਰਵਾਂ ਸ੍ਰੀ ਅਖੰਡ ਪਾਠ ਸਾਹਿਬ ਪਿੰਡ ਹਰਿਆਲਾ ਤੋਂ ਮਨੀ ਕੁਮਾਰ ਸਾਨੂੰ ਵਿਜੇ ਕੁਮਾਰ ਪੋਤਰਾ ਸੁਭਾਗ ਵਾਸੀ ਪਰਮਾਨੰਦ ਵੱਲੋਂ ਮਨੀ ਕੁਮਾਰ ਦੇ ਵਿਵਾਹ ਆਨੰਦ ਕਾਰਜ ਨੂੰ ਮੁੱਖ ਰੱਖਦੇ ਹੋਏ ਬਾਬਾ ਜੀ ਮਨੀ ਕੁਮਾਰ ਦੇ ਵਿਆਹ ਵਿੱਚ ਆਪ ਕਾਰਜ ਵਿੱਚ ਸ਼ਾਮਿਲ ਹੋ ਕੇ ਆਨੰਦ ਕਾਰਜ ਸੰਪੂਰਨ ਕਰਨਾ ਜੀ ਸਾਰੇ ਪਰਿਵਾਰ ਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਰੱਖਣਾ ਜੀ ਭੋਗ ਵਾਲੇ ਦਿਨ ਜਲੇਬੀਆਂ ਦਾ ਲੰਗਰ ਸਮੂਹ ਸਾਧ ਸੰਗਤ ਵੱਲੋਂ ਬਾਬਾ ਜੀ ਆਪ ਜੀ ਦੇ ਮਨਜ਼ੂਰ ਕਰਨਾ ਸਮੂਹ ਸੰਗਤਾਂ 'ਤੇ ਮਿਹਰ ਭਰਿਆ ਸਿੱਧੇ ਹੱਥ ਰੱਖਣਾ ਇਸੇ ਤਰ੍ਹਾਂ ਸੇਵਾ ਕਰਨ ਦੇ ਬਲ ਬੁੱਧੀ ਅਤੇ ਨਾਮਦਾਨ ਬਖਸ਼ਣਾ ਜੀ ਕੱਲ੍ਹ ਨੂੰ ਦੁਸਹਿਰੇ ਵਾਲੇ ਦਿਨ ਜੋ ਚਾਹ ਪਕੌੜਿਆਂ ਦਾ ਲੰਗਰ ਹੈ ਸਰਦਾਰ ਸਤਨਾਮ ਸਿੰਘ ਪ੍ਰੇਮ ਸਿੰਘ ਸਾਨੂੰ ਪਰਮੇਸ਼ ਸਿੰਘ ਸੋਤਾਂ ਵੱਲੋਂ ਲਗਾਇਆ ਜਾ ਰਿਹਾ ਹੈ ਆਪ ਜੀ ਨੇ ਅੰਗ ਸੰਗ ਹੋ ਕੇ ਆਏ ਹੋਣਾ ਸਾਰੇ ਪਰਿਵਾਰ 'ਤੇ ਮਿਹਰ ਭਰਿਆ ਸਿੱਧੇ ਹੱਥ ਰੱਖਣਾ ਦੇਸਾਂ ਪ੍ਰਦੇਸਾਂ ਵਿੱਚ ਅੰਗ ਸੰਗ ਹੋ ਕੇ ਆਏ ਹੋਣਾ ਜੀ ਇਸੇ ਤਰ੍ਹਾਂ ਸੇਵਾ ਕਰਨ ਦੇ ਬਲ ਬੁੱਧੀ 'ਤੇ ਨਾਮਦਾਨ ਬਖਸ਼ਣਾ ਬਾਬਾ ਜੀ ਦੇ ਭੋਗ 'ਤੇ ਫਰੂਟੀਆਂ ਦਾ ਲੰਗਰ ਗੁਰਦੀਪ ਸਿੰਘ ਸਾਨੋ ਭਿੰਡਰ ਸਿੰਘ ਪਿੰਡ ਜੱਸੂ ਮਜਾਰਾ ਅਮਰੀਕਾ ਨਿਵਾਸੀ ਵੱਲੋਂ ਬਾਬਾ ਜੀ ਦੇ
ਖਾਤਾ ਆ ਗੁਰਦੀਪ ਸਿੰਘ ਤੇ ਮਿਹਰ ਭਰਿਆ ਸਿੱਧੀ ਹਸਰ ਪ੍ਰਾਪਤੀ ਉਸ ਦੀਆਂ ਕਮਾਈਆਂ ਵਿੱਚ ਵਰਤਾਂ ਪਾਉਣੀਆਂ ਜੀ ਸਰਦਾਰ ਪਿੰਡਰ ਸਿੰਘ ਦੇ ਪਰਿਵਾਰ ਦੇ ਮਿਹਰ ਭਰਿਆ ਸਿੱਧੀ ਹੱਥ ਰੱਖਣਾ ਦੇਸਾਂ ਪ੍ਰਦੇਸਾਂ ਵਿੱਚ ਜੰਗ ਸੰਗ ਹੋ ਕੇ ਸਹਾਰੀ ਹੋਣਾ ਰਹਿੰਦੇ ਕਾਰਜ ਰਾਤ ਕਰਨੇ ਮਾਲ ਨੂੰ ਕੀਤੇ ਵਾਧਾ ਕਰਨਾ ਜੀ ਇਸੇ ਤਰ੍ਹਾਂ ਸੇਵਾ ਕਰਨ ਦੇ ਬਲ ਤੇ ਨਾਮਦਾਰ ਰੱਖਣਾ ਜੋ ਅੱਜ ਬਾਬਾ ਜੀ ਦੇ ਆਇਸ ਜ਼ਮੀਨ ਦਾ ਲੰਗਰ ਹੈ ਉਹ ਬਾਬਾ ਭਾਈ ਸਾਹਿਬ ਜੀ ਦੇ ਸਾਰੇ ਸੇਵਕ ਵੱਲੋਂ ਬਖਸ਼ਿਸ਼ ਸਾਰੇ ਸੇਵਾਦਾਰਾਂ ਵੱਲੋਂ ਬਾਬਾ ਜੀ ਦੇ ਸੇਵਾਦਾਰਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਣਾ ਅਤੇ ਤੰਦਰੁਸਤੀ ਮਿਹਰ ਭਰਿਆ ਸਿੱਧੇ ਹੱਥ ਰੱਖਣਾ ਜੀ ਭੋਗ ਤੋਂ ਪ੍ਰਾਪਤ ਆਪ ਜੀ ਦੇ ਪਵਿੱਤਰ ਅਸਥਾਨ ਦੇ ਅਨੇਕ ਸੇਵਕ ਪਰਿਵਾਰਾਂ ਨੇ ਤਨ ਮਨ ਧਨ ਦੇ ਨਾਲ ਸੇਵਾ ਕੀਤੀ ਹੈ ਸਭ ਦੀ ਸੇਵਾ ਪ੍ਰਵਾਨ ਕਰਨੀ ਸੱਚੇ ਪਾਤਸ਼ਾਹ ਜੀਓ ਧੰਨ ਧੰਨ ਬਾਬਾ ਸਿੰਘ ਜੀਓ ਆਪ ਜੀ ਨੇ ਸਾਰੇ ਸੇਵਕਾਂ ਦੇ ਸਾਰੇ ਸੇਵਕ ਪਰਿਵਾਰਾਂ ਤੇ ਮਿਹਰ ਭਰਿਆ ਸਿੱਧੇ ਹੱਥ ਰੱਖਣਾ ਤੰਦਰੁਸਤੀਆਂ ਬਖਸ਼ਣੀਆਂ ਇਸੇ ਤਰ੍ਹਾਂ ਸੇਵਾ ਕਰਨ ਦੇ ਬਲ ਬੁੱਧੀ ਦੇ ਨਾਮਦਾਰ ਬਖਸ਼ਣਾ ਜੀ ਆਪ ਜੀ ਦੇ ਪਵਿੱਤਰ ਅਸਥਾਨ ਦੀਆਂ ਹਾਜ਼ਰੀਆਂ ਭਰਦੀਆਂ ਜੋ ਜੋ ਸੰਗਤ ਆਪ ਦੇ ਦਰਬਾਰ ਦੇ ਦਰਬਾਰ ਲੈ ਕੇ ਹਾਜ਼ਰ ਹੋਈਆਂ ਹਨ ਸਭ ਦੀਆਂ ਹਾਜ਼ਰੀਆਂ ਸਭ ਦੀਆਂ ਭੰਡਾਵਾਂ ਸਭ ਦੀਆਂ ਅਰਥਾਂ ਮੁਰਾਦਾਂ ਪੂਰੀਆਂ ਕਰਦੀਆਂ ਸੇਵਾ ਤਾਏ ਪਾਉਣੀ ਚੜ੍ਹਦੀ ਕਲਾ ਨਾਮਦਾਰ ਬਖਸ਼ਣਾ ਜੀ ਭੋਗ ਤੋਂ ਪ੍ਰਾਪਤ ਆਪ ਜੀ ਦੇ ਸੇਵਕ ਜਥੇ ਵੱਲੋਂ ਪ੍ਰੇਮ ਕੁਲ ਦੇ ਸ਼ਬਦ ਆਰਤੀ ਆਰਤੀ ਦੇ ਸ਼ਬਦ ਉਚਾਰੇ ਗਏ ਹਨ ਆਪ ਜੀ ਦੇ ਪ੍ਰਵਾਨ ਕਰਨੇ ਪਗਾਂ ਵਾਸਤੇ ਸੁਭ ਸੇਵਾ ਕਰਨੇ ਸੁਭ ਬਾਣੀ ਗੁਣ ਗੁਣਾਉਣ ਦੀ ਸਮਰੱਥਾ ਬਖਸ਼ੀ ਜੀ ਭੋਗ ਤੋਂ ਪ੍ਰਾਪਤ ਸੁਖ ਸੰਗਤਾਂ ਦਰਬਾਰ ਦੇ ਪਵਿੱਤਰ ਅਸਥਾਨ ਤੇ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਸੱਜ ਕੇ ਹਾਜ਼ਰ ਹੋਈਆਂ ਹਨ ਆਪ ਗੁਰੂ ਦੇ ਲੰਗਰ ਸੱਜ ਕੇ ਹਾਜ਼ਰ ਹੋਏ ਹਨ ਆਪ ਜੀ ਤੋਂ ਪ੍ਰਵਾਨ ਹੋਵੇ ਆਪ ਜੀ ਦਾ ਸੀਤ ਪ੍ਰਸ਼ਾਦ ਆਪ ਜੀ ਦਾ ਸੀਤ ਲੰਗਰ ਆਪ ਜੀ ਦੇ ਸੰਗਤ ਵਿੱਚ ਵਰਤੇ ਜੋ ਛਕੇ ਆਪ ਜੀ ਦਾ ਬਾਰਾਂ ਸਵਾਰ ਨਾਮ ਜਪੈ ਕਲਾ ਵਾਹਿਗੁਰੂ ਜੀ ਵਰਤੇ ਸੱਚੇ ਪਾਤਸ਼ਾਹ ਜੀਓ ਆਪ ਜੀ ਦੀ ਸੇਵਾ ਚ ਭੇਜਦੇ ਹਾਂ ਆਪ ਜੀ ਦੇ ਸੇਵਾਦਾਰਾਂ ਤੋਂ ਗ੍ਰਾਂਤੀ ਸੰਗਾਂ ਤੋਂ ਕਹਿ ਲਓ ਜੋ ਆਪ ਦੀ ਬਾਣੀ ਪੜ੍ਹਦਿਆਂ ਹੋਇਆ ਅਨੇਕ ਗਲਤੀਆਂ ਹੋ ਜਾਂਦੀਆਂ ਹਨ ਸੱਚੇ ਪਾਤਸ਼ਾਹ ਜੀਓ ਆਪ ਜੀ ਨੇ ਭੁੱਲਾਂ ਚੁੱਕਾਂ ਮਾਫ ਕਰਨੀਆਂ ਪਗਾਂ ਵਾਸਤੇ ਸ਼ੁੱਧ ਬਾਣੀ ਪੜ੍ਹਨ ਅਤੇ ਸ਼ੁੱਧ ਸੇਵਾ ਕਰਨ ਦੇ ਬਾਅਦ ਗੁਰਦੀ ਦੇ ਨਾਮਦਾਰ ਬਖਸ਼ਣਾ ਜੀ ਇਸ ਵੇਲੇ ਆਪਣੇ ਮੁਕਾਬਲੇ ਤੋਂ ਪਵਿੱਤਰ ਪਵਿੱਤਰ ਹੁਕਮਨਾਮੇ ਵਰਤਦੇ ਹੋਏ ਸੰਗਤਾਂ ਨੂੰ ਨਿਹਾਲੋ ਇਜ਼ਹਾਰ ਕਰੋ ਜੀ ਸੇ ਪਿਆਰੇ ਨੇਕ ਜਿਨ੍ਹਾਂ ਮੈਨੂੰ ਆਪ ਜੀ ਦਾ ਨਾਮ ਦਿੱਤਿਆ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬੱਤ ਕਾ ਪਲਾ ਕਿਆ ਕਾ ਹਿਰਦਾ ਸ਼ੁੱਧ ਹੈ ਹੋਰ ਸ਼ਬਦ ਪਹਿਲੇ ਰਾਜ ਕਰੇਗਾ ਖਾਲਸਾ ਬਾਕੀ ਰਹੇ ਨਾ ਕੋਈ ਵਾਰ ਹੋਏ ਸਾ ਮਿਲਣਗੇ ਬਚੇ ਛੱਡ ਜੋ ਹੋਏ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਕਰੇ ਪਾਰ ਜੋ ਛੱਡਦਾ ਕਰ ਸੇ ਬੁਰੇ ਵਾਹਿਗੁਰੂ ਪਾਰ ਉਤਾਰ ਨਿਹਾਰ ਜੋ ਛੱਡਦਾ ਕਰ ਸੇ ਬੁਰੇ ਵਾਹਿਗੁਰੂ ਪਾਰ ਉਤਾਰ ਕਾਲੇ ਜਨਾਨਾ ਜਨਾਨਾ
गुरु मेरी पाया 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 गुरु
Thank you.
Thank you.